ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਸਾਈਕਲ ਚਾਲਕ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਪਿੱਛੋਂ ਦੀ ਇੱਕ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਕਾਰ ਹੈ ਉਹ ਉਸ ਵਿਅਕਤੀ ਦੇ ਸਿਰ ਦੇ ਉੱਪਰੋਂ ਲੰਘ ਗਈ ਜਿਸ ਦੇ ਵਿੱਚ ਉਸ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਤਾਂ ਲੁਧਿਆਣਾ ਦੇ ਗਿੱਲ ਰੋਡ ਦੇ ਉੱਤੇ ਅੱਜ ਸਵੇਰੇ ਤੜਕੇ ਇਹ ਹਾਦਸਾ ਵਾਪਰਿਆ ਜਦੋਂ ਇੱਕ ਵਿਅਕਤੀ ਆਪਣੇ ਕੰਮ ਤੇ ਜਾ ਰਿਹਾ ਸੀ ਸਾਈਕਲ ਦੇ ਉੱਤੇ ਸਵਾਰ ਹੋ ਕੇ ਤਾਂ ਰਸਤੇ ਦੇ ਵਿੱਚ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਵਿਅਕਤੀ ਹੈ ਉਹ ਹਵਾ ਦੇ ਵਿੱਚ ਕਈ ਫੁੱਟ ਉੱਪਰ ਉੱਛਲ ਕੇ ਹੇਠਾਂ ਵੱਜਿਆ ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਅਤੇ ਕਾਰ ਉਸਨੂੰ ਦਰੜਦੀ ਹੋਈ ਅੱਗੇ ਲੱਗ ਜਾਂਦੀ ਹੈ। ਹਾਲਾਂਕਿ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਸਾਈਕਲ ਜੋ ਹੈ ਬੁਰੇ ਤਰੀਕੇ ਦੇ ਨਾਲ ਟੁੱਟ ਕੇ ਚਕਨਾ ਚੂਰ ਹੋ ਗਿਆ। ਉੱਥੇ ਹੀ ਲੋਕਾਂ ਦੇ ਵੱਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਇਸ ਕਾਰ ਚਾਲਕ ਨੂੰ ਕਾਬੂ ਕੀਤਾ ਜਾਵੇ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਤਾਂ ਜੋ ਜਲਦ ਤੋਂ ਜਲਦ ਦੋਸ਼ੀ ਨੂੰ ਕਾਬੂ ਕੀਤਾ ਜਾ ਸਕੇ। ਤਾਂ ਲੁਧਿਆਣਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਸਾਈਕਲ ਸਵਾਰ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਕੁਛ ਨਹੀਂ ਜੀ, ਆਪਾਂ ਇੱਥੋਂ ਆਪਣੇ ਫੋਨ ਕਾਲ ਕਰੀ ਅਖਬਾਰ ਤੇ। ਅੱਛਾ, ਵੀ ਇਹਦੇ ਗਿੱਲ ਰੋਡ ਤੇ ਐਕਸੀਡੈਂਟ ਹੋਇਆ ਜੀ। ਅੱਛਾ, ਉਹ ਆਪਾਂ ਜੋਬ ਵੜੀ ਲੈ ਕੇ ਤੇ ਆਪਾਂ ਐਕਸੀਡੈਂਟ ਦੇ ਤੇ ਆਪਾਂ ਨਹੀਂ ਹੋਇਆ ਕਿ ਉਹ ਬੰਦਾ ਮਰ ਗਿਆ ਪਤਾ ਨਹੀਂ ਜੀ, ਤਾਂ ਹੁਣ ਆਪਾਂ ਨੂੰ ਜਾਣ ਕੇ ਪਤਾ ਲੱਗਾ ਮੌਕੇ ਤੇ ਕੀ ਬੰਦਾ ਕਾਹਤੇ ਸੀਗਾ। ਸਾਈਕਲ ਤੇ ਜੀ ਆਪਦੇ। ਅੱਛਾ, ਕਾਹਨਾਂ ਐਕਸੀਡੈਂਟ ਹੋਇਆ ਇਹ ਨਹੀਂ ਪਤਾ ਜੀ, ਗੱਡੀ ਵਜੇ ਦੀ। ਕਿੰਨੇ ਵਜੇ ਦੀ ਆ ਗੱਲ ਐਕਸੀਡੈਂਟ? ਸਾਨੂੰ ਕਾਲ ਕਰੀ ਉਦੋਂ ਪਤਾ ਲੱਗਾ ਜੀ, ਪਤਾ ਨਹੀਂ ਐਕਸੀਡੈਂਟ ਕਿੰਨੇ ਵਜੇ ਹੋਇਆ। ਅਸੀਂ, ਮੈਂ ਆਲਮਗੀਰ ਸਾਹਿਬ ਹਰ ਸੰਡੇ ਜਾਈਦਾ ਵਾ, ਅਸੀਂ ਇਸ ਵਾਰ ਹਰ ਸੰਡੇ ਆਲਮਗੀਰ ਸਾਹਿਬ ਜਾ ਰਹੇ ਸੀ ਤੇ ਰਸਤੇ ਜਾ ਰਹੇ ਸੀ, ਇੱਥੇ GME ਰੋਡ ਦੇ ਕੋਲ ਇੱਕ ਐਕਸੀਡੈਂਟ ਹੋਇਆ ਪਿਆ ਸੀ। ਬਹੁਤ ਜ਼ਬਰਦਸਤ ਗੱਡੀ, ਮੈਨੂੰ ਲੱਗਦਾ ਵੱਡੀ ਗੱਡੀ ਵਾਲਾ ਕੋਈ ਗਰੀਬ ਬੰਦੇ ਦੇ ਸਾਈਕਲ ਵਾਲੇ ਦੇ ਵਿੱਚ ਮਾਰ ਕੇ ਚਲਾ ਗਿਆ। ਉਹ ਅਣਪਛਾਤ ਤੇ ਪਤਾ ਲੱਗਿਆ ਨਹੀਂ, ਰਾਹੀਦਾਰੀ ਸਭ ਦੇਖੀ ਜਾਂਦੇ ਆ ਕਿ ਕੌਣ ਹੈ ਕੌਣ ਆ, ਲੇਕਿਨ ਪਛਾਣ ਨਹੀਂ ਹੋਈ ਉਹ ਚੀਜ਼ ਦੀ। ਸੋ ਕਿਸੇ ਬੰਦੇ ਨੇ ਇੱਥੇ ਮੈਨੂੰ ਆਪਣੇ 108 'ਤੇ ਫੋਨ ਕਰਿਆ, ਉਹ ਆਏ ਗੱਡੀ ਵਾਲੇ ਐਂਬੂਲੈਂਸ ਵਾਲੇ ਅਤੇ ਉਹ ਆ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਕਰਕੇ ਸਿਵਲ ਹਸਪਤਾਲ ਲੈ ਗਏ ਆ। ਬਾਕੀ ਪੁਲਿਸ ਨੂੰ ਕਾਰਵਾਈ ਹੋ ਗਈ ਹੈ ਜੋ ਦੇਖਦੇ ਆ। ਬਾਈ ਜੀ, ਕਿੰਨੀ ਕੁ ਉਮਰ ਲੱਗਦੀ ਸੀ ਬੰਦੇ ਦੀ? ਉਮਰ ਮੇਰੇ ਹਿਸਾਬ ਨਾਲ ਲਮਸਮ ਹੋਣੀ ਹੈ 40-50 ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ। ਕਾਹਤੇ ਸੀਗਾ ਬੰਦਾ? ਮੋਟਰਸਾਈਕਲ ਸੀਗਾ, ਸਾਈਕਲ ਦੇਖੋ ਕਿੰਨਾ ਜ਼ਬਰਦਸਤ ਉਹ ਆਪਣਾ ਤੋੜਿਆ ਪਿਆ, ਸਾਰਾ ਕੁਛ ਭੈਣਕ ਸਹੀ ਹੈ, ਲੇਕਿਨ ਬਹੁਤ ਮਾੜਾ ਹੈ। ਵੱਡੀ ਗੱਡੀ ਵਾਲੇ ਨੇ ਮਾਰਿਆ ਜਾਂ ਥੋੜ੍ਹੀ ਨੇ ਮਾਰਿਆ ਕੋਈ ਫਰਕ ਨਹੀਂ ਹੈ, ਲੇਕਿਨ ਮਾਰ ਕੇ ਕੋਈ ਫੇਟ ਹੀ ਗਿਆ ਭਾਅ ਜੀ।